ਹੈਲੋ ਵੀਵਰ, ਸਤਿ ਸ਼੍ਰੀ ਅਕਾਲ। ਪੰਜਾਬੀ ਤੜਕਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਪੰਜਾਬੀ ਤੜਕਾ ਵਿੱਚ ਲੌਕੀ ਲਈ ਅਸੀਂ ਹਵਾਲ ਲਈ ਇਸ ਦਾ ਹੁਣ ਹਲਵਾ ਬਣਾਵਾਂਗੇ। ਕੜਾਹੀ ਅਸੀਂ ਉੱਤੇ ਰੱਖ ਲਈ, ਗੈਸ ਔਨ ਕਰ ਦਿੱਤਾ ਆ। ਕੜਾਹੀ ਥੋੜ੍ਹੀ ਗਰਮ ਹੋ ਗਈ, ਇਸ ਵਿੱਚ ਪਾਵਾਂ। ਇਸ ਵਿੱਚ ਚੁਟਕੀ ਇੱਕ ਅਸੀਂ ਛੋਟੀ ਇਲਾਇਚੀ ਪਾ ਦਿੱਤੀ ਸਵਾਦ ਲਈ। ਇਸ ਵਿੱਚ ਸੁੱਕਾ ਦੁੱਧ ਅਤੇ ਨਾਰੀਅਲ ਦਾ ਬਰਾਦਾ ਪਾਵਾਂਗੇ ਕੜਾਹੀ ਵਿੱਚ। ਪਾ ਲੌਕੀ ਅਸੀਂ ਪਾ ਦਿੱਤੀ, ਇਸ ਨੂੰ 2 ਮਿੰਟ ਭੁੰਨਾਂਗੇ। ਫਿਰ ਇਸ ਵਿੱਚ ਸੁੱਕਾ ਨਾਰੀਅਲ ਅਤੇ ਦੁੱਧ ਪਾਵਾਂਗੇ। 1 ਚਮਚਾ ਸੁੱਕੇ ਦੁੱਧ ਦਾ ਪਾ ਦਿੱਤਾ ਵੀ। 1.5 ਚਮਚਾ ਅਸੀਂ ਨਾਰੀਅਲ ਦਾ ਬਰਾਦਾ ਪਾ ਦਿੱਤਾ ਵਿੱਚ। ਇਸ ਨੂੰ ਹੁਣ 2 ਮਿੰਟ ਭੁੰਨਾਂਗੇ। ਹੋਰ 1 ਚੁਟਕੀ ਅਸੀਂ ਕਲਰ ਦੇ ਪਾਵਾਂਗੇ। ਇਹ ਚੁਟਕੀ ਅਸੀਂ ਕਲਰ ਲਿਆ ਔਰੰਜ। ਇਸ ਵਿੱਚ ਅਸੀਂ ਘੇ ਖੰਡ ਕੁਛ ਨਹੀਂ ਪਾਇਆ, ਨਾ ਸ਼ੱਕਰ ਗੁੜ ਪਾਇਆ। ਅਸੀਂ ਇਸ ਵਿੱਚ ਨਾਰੀਅਲ ਦਾ ਬਰਾਦਾ ਅਤੇ ਸੁੱਕਾ ਦੁੱਧ ਪਾਇਆ। ਇਸ ਵਿੱਚ ਥੋੜ੍ਹਾ ਜਿਹਾ ਚੁਟਕੀ ਕਲਰ ਪਾਇਆ। ਪੰਜਾਬੀ ਤੜਕਾ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ। ਇਹ ਹਲਵਾ ਅਸੀਂ 4 ਮੈਂਬਰਾਂ ਵਾਸਤੇ ਬਣਾਇਆ, ਤੁਸੀਂ ਵੀ ਘਰ ਵਿੱਚ ਬਣਾਓ। ਬਹੁਤ ਹੀ ਸਵਾਦ ਲੱਗਦਾ ਹੈ, ਸਾਡੇ ਮੰਮੀ ਪਾਪਾ ਬਹੁਤ ਖੁਸ਼ ਹੋ ਕੇ ਖਾਂਦੇ ਨੇ, ਇਸ ਲਈ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰੀਏ। ਬਹੁਤ ਵਧੀਆ ਬਣਾਇਆ ਸੀ, ਬਹੁਤ ਅੱਛੀ ਮਹਿਕ ਆ ਰਹੀ ਹੈ। ਇਹ ਬਣ ਕੇ ਰੈਡੀ ਹੋ ਗਿਆ, ਹੁਣ ਅਸੀਂ ਬੋਲ ਵਿੱਚ ਕੱਢਦੇ ਹਾਂ। ਇਹ ਬਣ ਕੇ ਤਿਆਰ ਹੈ। ਇਸ ਵਿੱਚ ਅਸੀਂ ਡਰਾਈ ਫਰੂਟ ਵੀ ਨਹੀਂ ਪਾਇਆ, ਤੁਸੀਂ ਵੀ ਘਰ ਵਿੱਚ ਬਣਾਓ, ਬਹੁਤ ਟੇਸਟੀ ਬਣਦਾ ਹੈ। ਓਕੇ, ਬਾਏ, ਟੇਕ ਕੇਅਰ, ਸਤਿ ਸ਼੍ਰੀ ਅਕਾਲ।